ਸਤਿ ਸ਼੍ਰੀ ਅਕਾਲ ਦੋਸਤੋ, ਯਾਰ ਕੀ ਹਾਲ ਚਾਲ ਹੈ ਸਾਰਿਆਂ ਦਾ। ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਮੋਡੀਫਾਈਡ ਕਲੱਬ 'ਚ। ਮੈਂ ਗਗਨ ਮੋਡੀਫਾਈਡ ਕਲੱਬ ਤੋਂ ਬਹੁਤ ਹੀ ਸੁਪਰ ਡੁਪਰ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ। ਮੋਡੀਫਾਈਡ ਕਲੱਬ ਦਾ ਰੂਲ ਤੁਹਾਨੂੰ ਪਤਾ ਹੀ ਹੈ ਯਾਰ, ਕਿ ਕੁਛ ਵੀ ਗੱਡੀ, ਬਾਈਕ, ਟਰੈਕਟਰ ਕੁਛ ਵੀ ਮੋਡੀਫਾਈਡ ਹੈ ਤਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਅੱਜ ਲੈ ਕੇ ਆਏ ਹਾਂ ਟੈਂਪੂ ਟਰੈਵਲ। ਇਹ ਦੋ ਮੇਰੇ ਭਰਾ ਖੜੇ ਨੇ ਜਿਨ੍ਹਾਂ ਦੀ ਟੈਂਪੂ ਟਰੈਵਲ ਹੈ। ਕਿੱਥੋਂ ਮੋਡੀਫਾਈ ਹੋਈ ਹੈ, ਕਿੰਨਾ ਪੈਸਾ ਲੱਗਾ, ਇੱਕ ਚੀਜ਼ ਮੈਂ ਪ੍ਰੋਮਿਸ ਕਰਦਾ, ਜਿੱਦਾਂ ਦੀ ਇਹ ਟੈਂਪੂ ਟਰੈਵਲ ਮੋਡੀਫਾਈ ਹੈ ਨਾ, ਮੈਂ ਨਹੀਂ ਦੇਖੀ, ਸ਼ਾਇਦ ਤੁਸੀਂ ਵੀ ਨਾ ਦੇਖੀ ਹੋਵੇ। ਔਰ ਟੈਂਪੂ ਟਰੈਵਲ ਲਵਰਸ, ਸਾਡੇ ਭਰਾ ਜਿਹੜੇ ਵੀ ਟੈਕਸੀਆਂ ਚਲਾਉਂਦੇ ਨੇ ਜਾਂ ਕੁਛ ਵੀ, ਜਿਨ੍ਹਾਂ ਨੇ ਨਹੀਂ ਪਤਾ ਕਿ ਮੋਡੀਫਾਈ ਕਿੱਥੋਂ ਹੁੰਦਾ ਅਤੇ ਕਿੰਨੇ ਪੈਸੇ ਲੱਗਦੇ ਆ, ਅਤੇ ਆਪਾਂ ਅੱਜ ਸਾਰੀ ਡਿਟੇਲ 'ਚ ਗੱਲਬਾਤ ਕਰਾਂਗੇ। ਅਤੇ ਸਾਰੇ ਸਾਡੇ ਭਰਾ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੀਓ, ਕਿ ਪੰਜਾਬ ਦੀ ਟੈਂਪੂ ਟਰੈਵਲ ਪੂਰੇ ਇੰਡੀਆ 'ਚ ਘੁੰਮਣੀ ਚਾਹੀਦੀ ਹੈ। ਇਹ ਵਾਲੀ ਵੀਡੀਓ ਕਿ ਕਿੱਥੇ ਤੱਕ ਯਾਰ ਕਿੱਦਾਂ ਤਿਆਰ ਕੀਤੀ ਗਈ ਹੈ ਟੈਂਪੂ ਟਰੈਵਲ, ਆਓ ਚੱਲਦੇ ਕਰਦੇ ਹਾਂ ਗੱਲਬਾਤ ਭਾਅ ਜੀ ਦੇ ਨਾਲ। ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਆ, ਸਾਰੀ ਡਿਟੇਲ 'ਚ ਕਰਦੇ ਹਾਂ। ਆਹ ਮੇਰੇ ਵੀਰ ਦੀ, ਵੀਰੇ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਤੁਸੀਂ? ਭਾਅ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਭਾਅ ਜੀ ਜ਼ਿਲ੍ਹਾ ਨਵਾਂਸ਼ਹਿਰ ਪਿੰਡ ਨੌਰਾ ਤੋਂ ਬਿਲੋਂਗ ਕਰਦਾ। ਨਾਮ ਕੀ ਆਪਣਾ? ਨਾਮ ਭਾਅ ਜੀ ਮੇਰਾ ਦਵਿੰਦਰ ਆ, ਦਾ ਡਰਾਈਵਰ ਮੈਨੂੰ ਦੀਪੇ ਕਹਿੰਦੇ ਆ ਸਾਰੇ। ਤੇ 6400 ਵਾਲੇ ਮਸ਼ਹੂਰ ਹੋ ਤੁਸੀਂ? ਹਾਂਜੀ ਹਾਂਜੀ, 6400 ਵਾਲੇ ਵੱਜਦੇ ਆ ਜੀ ਤੇ 6400 ਵਾਲੇ ਵੱਜਦੇ ਆ ਭਰਾ ਮੇਰੇ। ਤੇ ਆਪਾਂ ਗੱਲ ਸਟਾਰਟ ਕਰਦੇ ਆ ਸਾਰੀ ਭਾਜੀ ਫਰੰਟ ਸਾਈਡ ਦੇ ਉੱਤੋਂ। ਹਾਂਜੀ ਭਾਜੀ, ਤੇ ਜਿੱਦਾਂ ਕਿ ਮੈਂ ਦੇਖ ਰਿਹਾ ਭਾਜੀ, ਫਰੰਟ ਸਾਈਡ ਪੂਰਾ ਹੀ ਮੋਡੀਫਾਈਡ ਆ। ਹਾਂਜੀ ਭਾਜੀ, ਟੋਟਲੀ ਫਰੰਟ ਮੋਡੀਫਾਈਡ ਕੀਤਾ, ਫਰੰਟ ਗ੍ਰਿਲ ਨੂੰ ਐਕਸਟੈਂਡ ਕਰਕੇ, ਬੰਪਰ ਨੂੰ ਐਕਸਟੈਂਡ ਕਰਕੇ ਥੱਲੇ ਤੱਕ ਪੂਰਾ ਐਂਡ ਕੀਤਾ, ਪੂਰਾ ਮਜ਼ੇਦਾਰ ਲੁੱਕ ਦੇ ਨਾਲ। ਇੱਥੋਂ ਤੁਸੀਂ ਦੇਖ ਸਕਦੇ ਹੋ, ਇਹ ਚੀਜ਼ ਸਾਰੀ ਐਕਸਟਰਾ ਲੱਗੀ ਆ, ਪੂਰੀ ਮੋਡੀਫਾਈਡ ਆ, ਫਰੰਟ ਗ੍ਰਿਲ ਪੂਰੀ ਮੋਡੀਫਾਈਡ ਹੈ, ਪੂਰੀ ਏ ਟੂ ਜ਼ੈਡ ਨੀਚੇ ਤੱਕ ਐਕਸਟਰਾ ਲੰਬਾ ਲੰਬੀ ਕਰਾ ਕੇ ਜਾਲੀ ਤੇ ਲੰਬੀ ਗ੍ਰਿਲ ਲਵਾ ਕੇ ਤੇ ਉਹਨੂੰ ਐਕਸਟੈਂਡ ਕਰਾ ਕੇ ਪੂਰੀ ਮੋਡੀਫਾਈ ਕੀਤਾ ਗਿਆ। ਹਾਂਜੀ ਹਾਂਜੀ ਹਾਂਜੀ, ਤੇ ਮਰਸੀਡੀਜ਼ ਬੈਂਜ਼ ਦੀ ਬੈਚਿੰਗ ਦਿੱਤੀ ਗਈ ਪੂਰੀ। ਹਾਂਜੀ ਪੂਰੀ, ਹਾਂਜੀ ਭਾਜੀ, ਫੀਲਿੰਗ ਵੀ ਮਰਸੀਡੀਜ਼ ਬੈਂਜ਼ ਦੀ ਆਉਂਦੀ ਹੈ ਪੂਰੀ ਵਿੱਚ ਬੈਠ ਕੇ। ਤੇ ਕੀ ਬਾਤ ਹੈ, ਕਿਉਂਕਿ ਅੰਦਰ ਜਿਹੜਾ ਕੰਮ ਹੋਇਆ ਨਾ ਉਹ ਵੀ ਮਰਸੀਡੀਜ਼ ਬੈਂਜ਼ ਵਾਲਾ ਹੀ ਹੋਇਆ, ਸਾਰੀ ਡਿਟੇਲ ਦੱਸਦੇ ਆ। ਪਰ ਇਹ ਹੈਡਲਾਈਟਸ ਵੀ ਕੁਝ ਚੇਂਜ ਕੀਤਾ ਆਪਾਂ? ਨਹੀਂ ਹੈਡਲਾਈਟਸ ਭਾਜੀ, ਇਹ ਵਾਈਟ ਬਲਬ ਵੀ ਪਾਏ ਹੋਏ ਆ ਬਸ। ਐਲਈਡੀ ਲਾਈਆਂ ਕਿ ਐਚਡੀ? ਦੂਸਰੇ ਹੀ ਆ, ਨਾਰਮਲ ਹੀ ਆ, ਉਹਦੇ ਨਾਲ ਪਾਵਾਂਗੇ, ਕਰਾਂਗੇ ਧਮਾਕਾ ਅੱਗੇ ਅੱਗੇ। ਹਜੇ ਅੱਗੇ ਨਹੀਂ ਕੀਤਾ, ਲਾਈਟ ਦੇ ਵਿੱਚ ਉਹੀ ਆ। ਤੇ ਨੀਚੇ ਜਿਹੜੇ ਮੈਂ ਫੋਗ ਲੈਂਪ ਦੇਖ ਰਿਹਾ, ਉਹ ਲੱਗੇ ਆ ਐਲਈਡੀ ਵਾਲੇ, ਆਫਟਰ ਮਾਰਕੀਟ ਵਾਲੇ, ਬਹੁਤ ਹੀ ਸੋਹਣੇ ਲੱਗ ਰਹੇ ਆ। ਐਕਸਟੈਂਡਡ ਗ੍ਰਿਲ, ਬਹੁਤ ਹੀ ਵਧੀਆ ਲੁੱਕ ਜੋ ਕਿ ਇਹਨੂੰ ਚਾਰ ਚੰਨ ਲਾ ਰਹੀ ਹੈ ਨਾ ਯਾਰ। ਤੇ ਯਾਰ ਬਹੁਤ ਹੀ ਅਟਰੈਕਟਿਵ ਲੁੱਕ, ਆਈ ਕੈਚਿੰਗ ਲੁੱਕ ਆ ਪੂਰੀ, ਬੜੀ ਮਜ਼ੇਦਾਰ। ਤੇ ਉੱਪਰ ਭਾਜੀ ਨੇ ਦੀਪ ਦੀ ਨਾਮ ਦੀ ਬੈਚਿੰਗ ਵੀ ਦਿੱਤੀ ਹੈ ਮਰਸੀਡੀਜ਼ ਲੋਗੋ ਦੇ ਨਾਲ, ਦੇਖ ਸਕਦੇ ਹੋ ਤੁਸੀਂ, ਬਹੁਤ ਹੀ ਵਧੀਆ ਵਾਲੀ। ਤੇ ਉੱਪਰ ਭਾਜੀ ਜਿਹੜੀ ਸਭ ਤੋਂ ਜ਼ਿਆਦਾ ਨਜ਼ਰ ਜਾ ਰਹੀ ਹੈ ਜਹਾਜ਼ ਵਾਲਾ। ਹਾਂਜੀ ਭਾਜੀ, ਜਹਾਜ਼ ਬਣਾਇਆ ਜਿੱਦਾਂ ਫੀਲਿੰਗ ਏਅਰਪੋਰਟ ਤੋਂ। ਇਹ ਭਾਜੀ ਇਕੱਲਾ ਸ਼ੋਅ ਵਾਸਤੇ ਹੀ ਹੈ ਜਾਂ ਉੱਪਰ ਕੋਈ ਵਰਕ ਵੀ ਹੁੰਦਾ, ਤੇ ਸਮਾਨ ਸਮੂਨ ਰੱਖ ਸਕਦੇ ਹਾਂ ਕੁਛ ਵੀ? ਬਸ ਸ਼ੋਅ ਵਾਸਤੇ ਬਣਾਇਆ, ਉੱਪਰ ਪੂਰਾ ਬਣਾਇਆ ਜਹਾਜ਼, ਤੁਸੀਂ ਦੇਖ ਸਕਦੇ ਹੋ ਫਰੰਟ ਸਾਈਡ ਦੇ ਉੱਪਰ, ਬਹੁਤ ਹੀ ਜ਼ਬਰਦਸਤ, ਬਹੁਤ ਹੀ ਵਧੀਆ ਲੁੱਕ ਦੇ ਵਿੱਚ। ਸਾਈਡ ਵੀ ਤੁਹਾਨੂੰ ਮੈਂ ਦਿਖਾਉਣਾ ਪੂਰੀ ਜਹਾਜ਼ ਵਾਲੀ, ਤੇ ਪਿੱਛੇ ਵੀ ਪੂਰਾ ਜਹਾਜ਼ ਬਣਾਇਆ ਦਾ, ਬਹੁਤ ਹੀ ਮਜ਼ੇਦਾਰ। ਤੇ ਯਾਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਮੈਨੂੰ ਤਾਂ ਮਜ਼ਾ ਆ ਗਿਆ ਟੈਂਪੂ ਟਰੈਵਲ ਸ਼ੂਟ ਕਰਕੇ। ਇੱਕ ਵਾਰੀ ਤੁਹਾਨੂੰ ਮੈਂ ਸਾਈਡ ਵਿਊ ਪਰ ਸਾਈਡ ਪ੍ਰੋਫਾਈਲ ਤੋਂ ਪੂਰਾ ਵਿਊ ਦਿੰਦਾ ਵਾਂ ਗੱਡੀ ਦਾ, ਬਹੁਤ ਹੀ ਮਜ਼ੇਦਾਰ ਲੁੱਕ ਦੇ ਵਿੱਚ। ਇਹਦੀ ਸਭ ਤੋਂ ਜ਼ਿਆਦਾ ਸਾਈਡ ਪ੍ਰੋਫਾਈਲ 'ਤੇ ਜੋ ਅਟਰੈਕਟਿਵ ਚੀਜ਼ ਲੱਗ ਰਹੀ ਹੈ, ਉਹਦੇ ਲੱਗ ਰਹੇ ਆ ਲੋਇਟਰ 15 ਇੰਚਿਸ ਦੇ ਵਿੱਚ, ਜਿਹੜੇ ਵਿਦਾਊਟ ਸਪੇਸਰ ਸਿੱਧਾ ਫਿਟਮੈਂਟ ਆ, ਨੋਰਮਲ ਟਾਇਰ 215-75 R15 ਦੇ ਨਾਲ, ਜਿਹੜੇ ਕਿ ਉਹੀ ਟਾਇਰਾਂ ਦੇ ਉੱਤੇ ਚੜ੍ਹਾਏ ਜਾਂਦੇ ਆ। ਉਸ ਤੋਂ ਬਾਅਦ ਜਿਹੜੀ ਸੈਕਿੰਡ ਅਟਰੈਕਟਿਵ ਚੀਜ਼ ਹੈ ਉਹ ਹੈਗੀ ਹੈ ਇਹਦੇ ਡੋਰ ਵਾਈਜ਼ਰ। ਡੋਰ ਵਾਈਜ਼ਰ ਭਾਅ ਜੀ ਬਲੈਕ ਆਉਂਦੇ, ਆਫ ਵਾਈਟ ਕਰਾਏ ਆ? ਨਹੀਂ, ਇਹ ਆਉਂਦੇ ਕਾਲੇ 'ਚ, ਕਲਰ ਕੁਲਰ ਆਪ ਕਰਾਇਆ ਕਿ ਆਉਂਦੇ ਵਾਈਟ ਆ? ਵਾਈਟ ਕਲਰ ਦੇ ਵਿੱਚ ਬਣੇ ਆਉਂਦੇ, ਉਹਨਾਂ ਕੋਲ ਆਪ ਦੇ ਬਣੇ ਆਉਂਦੇ ਆ, ਇਹਨੂੰ ਪੇਂਟ ਪੂੰਟ ਕੁਛ ਨਹੀਂ ਕੀਤਾ, ਇਹ ਵਾਈਟ ਹੀ ਆਉਂਦੇ ਆ। ਉਹੀ ਮੈਂ ਪੁੱਛ ਰਿਹਾ ਸੀ, ਬਲੈਕ 'ਚ ਆਉਂਦੇ ਆ ਨਾ ਵੀਰੇ, ਇਹਨੂੰ ਫਿਰ ਵਾਈਟ ਪੇਂਟ ਕਰਕੇ ਇਹਨੂੰ ਗੱਡੀ ਦੇ ਕਲਰ ਦੇ ਨਾਲ ਮੈਚ ਕਰਤਾ ਗਿਆ ਡੋਰ ਵਾਈਜ਼ਰ ਨੂੰ। ਇਸ ਤਰ੍ਹਾਂ ਸਕਰਟਿੰਗ ਲੱਗੀ ਹੈ ਸਾਈਡ 'ਤੇ, ਤੁਸੀਂ ਦੇਖ ਸਕਦੇ ਹੋ ਸਾਈਡ ਸਕਰਟਿੰਗ ਵੀ ਮਸਟਰੀ ਬੈਚਿੰਗ ਦੇ ਨਾਲ, ਪੂਰਾ ਜਹਾਜ਼ ਹੀ ਤਿਆਰ ਕੀਤਾ ਟੈਂਪੂ ਟਰੈਵਲ ਨੇ, ਇਹਨੂੰ ਕਹਿ ਸਕਦੇ ਇਹਨੂੰ ਜਹਾਜ਼ ਹੀ ਕਵਾਂਗੇ ਯਾਰ। ਭਾਅ ਜੀ ਮਜ਼ੇਦਾਰ ਤਿਆਰ ਕੀਤਾ ਪੂਰਾ, ਬਹੁਤ ਹੀ ਸੋਹਣਾ। ਇਸ ਤੋਂ ਬਾਅਦ ਸਾਈਡ ਸਕਰਟਿੰਗ ਤੁਸੀਂ ਬੈਕ ਸਾਈਡ 'ਤੇ ਵੀ ਦੇਖ ਸਕਦੇ ਹੋ, ਬੈਕ ਸਕਰਟਿੰਗ ਡਿਫਿਊਜ਼ਰ ਟਾਈਪ ਬੈਕ 'ਤੇ ਪੂਰੀ ਲੱਗੀ ਹੋਈ ਹੈ, ਬਹੁਤ ਹੀ ਮਜ਼ੇਦਾਰ, ਬਹੁਤ ਹੀ ਵਧੀਆ ਲੁੱਕ ਦਿੰਦੀ ਹੈ। 5ਵਾਂ ਵੀਲ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਵਧੀਆ ਵਾਲਾ। 6400 ਵਾਲੇ ਆਜ਼ਾਦ ਗਰੁੱਪ ਇੱਥੋਂ ਭਾਅ ਜੀ ਮਸ਼ਹੂਰ ਨੇ। ਅਤੇ ਜਿਹੜੀ ਮੈਂ ਕੈਮਰਾ ਹੁਣ ਥੋੜ੍ਹਾ ਜਿਹਾ ਉੱਪਰ ਕਰਨ ਲੱਗਾ ਨਾ, ਜਿਹੜੀ ਚੀਜ਼ ਤੁਸੀਂ ਹੁਣ ਦੇਖਣ ਲੱਗੇ ਹੋ, ਇਹ ਤੁਸੀਂ ਟੈਂਪੂ ਟਰੈਵਲ ਦੇ ਸਾਈਡ ਗਲਾਸਿਸ ਮੈਂ ਦੇਖੇ ਨੇ ਕਿ ਫਿਕਸ ਆਉਂਦੇ ਆ, ਸਭ ਕੁਛ ਆਉਂਦਾ, ਪੂਰੇ ਜੈੱਟ ਬਲੈਕ ਆਉਂਦੇ ਆ, ਪਰ ਜੋ ਹੁਣ ਤੁਸੀਂ ਦੇਖਣ ਲੱਗੇ ਹੋ ਨਾ, ਕਿਆ ਹੀ ਲੁੱਕ, ਕਿਆ ਮਜ਼ੇਦਾਰ ਲੁੱਕ ਟੈਂਪੂ ਟਰੈਵਲ ਦੀ। ਸਾਈਡ ਗਲਾਸਿਸ ਜਿਹੜੇ ਬੈਕ ਸਾਈਡ 'ਤੇ ਗਲਾਸਿਸ ਨੇ ਬਿਲਕੁਲ ਫਿਕਸ ਵਾਲੇ, ਬਹੁਤ ਹੀ ਸੋਹੀਆਂ ਸੋਹਣੇ। ਅਤੇ LED ਲਾਈਟ ਉੱਪਰ ਉੱਪਰ ਉਹ ਬਲਿੰਕ ਉਹਦੀ ਚੱਲ ਰਹੀ ਹੈ ਪੂਰੀ, ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਉੱਥੇ ਆਜ਼ਾਦ ਗਰੁੱਪ ਜਿੱਦਾਂ ਲਿਖਿਆ ਆ ਰਿਹਾ, LED ਪੂਰੀ ਚੱਲ ਰਹੀ ਹੈ ਜਹਾਜ਼ ਦਾ, ਤੁਸੀਂ ਦੇਖ ਸਕਦੇ ਹੋ ਪੂਰੀ ਲੁੱਕ ਉੱਪਰ ਦੀ ਸਾਈਡ ਤੋਂ, ਅਤੇ ਪੌੜੀ ਬਣਾਈ ਹੈ ਭਾਅ ਜੀ ਨੇ ਇੱਥੇ ਪੂਰੀ। ਇਹ ਵੀ ਭਾਅ ਜੀ ਸਾਰਾ ਕੰਮ ਘੱਗ ਭਾਅ ਜੀ ਵੱਲੋਂ ਹੀ ਹੋਇਆ?
ਤੁਸੀਂ ਦੱਸਿਆ ਸੀ ਕਿ ਮੈਨੂੰ ਇਦਾਂ ਗੱਡੀ ਤਿਆਰ ਹੋਣੀ ਚਾਹੀਦੀ ਹੈ ਕਿ ਇਦਾਂ ਇਦਾਂ ਕੰਮ ਜਾਂ ਘੱਗ ਭਾਜੀ ਵੱਲੋਂ ਸੁਜੈਸ਼ਨ ਸੀ ਉਹਨਾਂ ਨੇ ਆਪੇ ਕੀਤਾ ਨਹੀਂ ਭਾਜੀ ਮੈਂ ਦਿੱਤਾ ਸੀਗਾ ਤੇ ਭਾਜੀ ਦੀ ਆਪਣੀ ਸੀਗੀ ਕਰਨੀ ਹੈ ਅੱਛਾ ਰੀਜਨਲ ਤਿਆਰ ਕੀਤੀ ਗੱਡੀ ਭਾਜੀ ਪੂਰੀ ਉੱਪਰ ਤੁਸੀਂ ਸਾਰੀ ਸਾਈਡ ਲੁੱਕ ਸਭ ਕੁਝ ਤੁਹਾਨੂੰ ਮੈਂ ਦਿਖਾ ਰਿਹਾ ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਭਾਜੀ ਨੂੰ ਕਹਾਂਗੇ ਗੱਡੀ ਕਰਦੇ ਆ ਅਨਲੋਕ ਤੇ ਆਪਾਂ ਚੱਲਦੇ ਹਾਂ ਗੱਡੀ ਦੇ ਅੰਦਰ ਤੇ ਜੋ ਅੰਦਰ ਕੰਮ ਜੋ ਬਾਹਰ ਤੁਹਾਨੂੰ ਲੁੱਕ ਨਜ਼ਰ ਆਈ ਹੈ ਨਾ ਇਸ ਤੋਂ ਡਬਲ ਅੰਦਰ ਸੋਹਣੀ ਤਿਆਰ ਹੋਈ ਹੈ ਗੱਡੀ ਸਭ ਤੋਂ ਪਹਿਲਾਂ ਤੁਸੀਂ ਇੰਟੀਰੀਅਰ ਦੇਖ ਸਕਦੇ ਹੋ ਦਰਵਾਜ਼ਿਆਂ ਤੋਂ ਹੀ ਸ਼ੁਰੂ ਹੋ ਜਾਂਦਾ ਬਹੁਤ ਹੀ ਵਧੀਆ ਵਾਲਾ ਬਹੁਤ ਹੀ ਮਜ਼ੇਦਾਰ ਭਾਜੀ ਇੰਟੀਰੀਅਰ ਵੀ ਸਾਰਾ ਘੱਗ ਭਾਜੀ ਵੱਲੋਂ ਹਾਂਜੀ ਹਾਂਜੀ ਸਾਰਾ ਕੁਝ ਪੂਰੀ ਸਭ ਤੋਂ ਪਹਿਲੇ ਤੁਸੀਂ ਯਾਰ ਰੂਫ ਤੇ ਕਲਰ ਮੈਚਿੰਗ ਦੇਖ ਸਕਦੇ ਹੋ ਇੱਕੋ ਹੀ ਕਲਰ ਦੇ ਨਾਲ ਸਾਰੀ ਗੱਡੀ ਤਿਆਰ ਕੀਤੀ ਗਈ ਹੈ ਸੀਟਾਂ ਜਿਹੜੀਆਂ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋ ਨਾ ਆਪਾਂ ਕੋਲ ਜਾ ਕੇ ਦਿਖਾਣੇ ਆ ਵੋਲਵੋ ਵਾਲੀਆਂ ਸੀਟਾਂ ਨੇ ਤੇ ਬਹੁਤ ਹੀ ਮਜ਼ੇਦਾਰ ਵੋਲਵੋ ਵਾਲੀਆਂ ਸੀਟਾਂ ਲੱਗੀਆਂ ਨੇ ਬਿਲਕੁਲ ਆਰਾਮਦਾਇਕ ਇਹ ਸਿੰਗਲ ਸੀਟ ਇਹ ਵੀ ਵੋਲਵੋ ਵਾਲੀ ਤੇ ਇੱਧਰ ਡਬਲ ਸੀਟ ਤਿੰਨ ਸਵਾਰੀਆਂ ਇੱਧਰ ਦੋ ਇੱਧਰ ਤੇ ਇੱਕ ਇੱਧਰ ਬੈਠ ਸਕਦੀ ਹੈ ਬਹੁਤ ਮਜ਼ੇਦਾਰ ਮੈਂ ਪੂਰੀ ਨੀਟ ਐਂਡ ਕਲੀਨ ਪੂਰਾ ਫਲੋਰ ਵੀ ਤਿਆਰ ਹੈ ਲਾਈਟਾਂ ਅੰਦਰ ਪੂਰੀਆਂ ਜਗਮਗ ਕਰ ਰਹੀਆਂ ਨੇ ਮਿਊਜ਼ਿਕ ਸਿਸਟਮ ਦਾ ਵੀ ਕੰਮ ਪੂਰਾ ਹੋ ਰੱਖਿਆ ਸਭ ਤੋਂ ਸੋਹਣੀ ਚੀਜ਼ ਮੈਨੂੰ ਇਹਦੇ ਵਿੱਚ ਲੱਗੀ ਹੈ ਜਿਹੜੀ ਲੱਗੀ ਹੈ ਆਪਣੀ ਛੱਤ ਰੂਫ ਬਹੁਤ ਵਧੀਆ ਇਹ ਰੂਫ ਤੁਸੀਂ ਦੇਖ ਸਕਦੇ ਹੋ ਪੂਰੀ ਹੀ ਡਾਊਨ ਸੀਲਿੰਗ ਹੋਈ ਹੈ ਬਹੁਤ ਮਜ਼ੇਦਾਰ ਅਤੇ ਲਾਈਟਿੰਗ ਦਾ ਕੰਮ ਵੀ ਬੜਾ ਜ਼ਬਰਦਸਤ ਹੋਇਆ ਇਹ ਸਾਰਾ ਅਤੇ ਇੱਥੇ ਵੀ ਦਿੱਤੀ ਆ ਮਸਜਿਦ ਦੀ ਬੈਜਿੰਗ ਭਾਜੀ ਜਿਹੜੀਆਂ ਇਹ ਵਾਲੀਆਂ ਸੀਟਾਂ ਨੇ ਟੈਂਪੂ ਟਰੈਵਲ ਦੀਆਂ ਨਹੀਂ ਲੱਗ ਰਹੀਆਂ ਮੈਨੂੰ ਇਹ ਆਪ ਕਸਟਮ ਕਰਕੇ ਲਾਈਆਂ ਆਪ ਹੀ ਲਾਈਆਂ ਭਾਜੀ ਇਹ ਘੱਗ ਭਾਜੀ ਨੇ ਆਪ ਲਾਈਆਂ ਨੇ ਉਹਨਾਂ ਦੇ ਕੋਲ ਆਪਣੀਆਂ ਆਪਣੀਆਂ ਕਸਟਮ ਕੀਤੀਆਂ ਹੁੰਦੀਆਂ ਨੇ ਤੇ ਘੱਗ ਭਾਜੀ ਨੇ ਨੰਬਰ ਲੈ ਲਏ ਟੈਂਪੂ ਟਰੈਵਲ ਚੋਂ ਦਸਾਂ ਚੋਂ ਦਸ ਜੀ ਸਾਡੇ ਵੱਲੋਂ ਮੋਡੀਫਾਈਡ ਕਲੱਬ ਵੱਲੋਂ ਬਹੁਤ ਹੀ ਜ਼ਬਰਦਸਤ ਕੰਮ ਕੀਤਾ ਤੇ ਜਿਨ੍ਹਾਂ ਨੇ ਕਰਾਇਆ ਉਹ ਵੀ ਹੁਣ ਆਪਾਂ ਇੱਕ ਵਾਰੀ ਤੁਹਾਨੂੰ ਓਵਰਲੁੱਕ ਸਾਰੀ ਦੇਣੇ ਪਏ ਆ ਤੁਸੀਂ ਇੱਥੇ ਦੇਖ ਸਕਦੇ ਹੋ ਪੂਰਾ ਪੂਰੀ ਲੁੱਕ ਬਹੁਤ ਹੀ ਜ਼ਬਰਦਸਤ ਤੇ ਭਾਜੀ ਕਰਦੇ ਨੇ ਟੈਕਸੀ ਦਾ ਕੰਮ ਕਿਸੇ ਨੂੰ ਟੈਂਪੂ ਟਰੈਵਲ ਕਰਾਉਣੀ ਹੋਵੇ ਬੁੱਕ ਤੇ ਉਹ ਵੀ ਆਪਾਂ ਭਾਜੀ ਕੋਲੋਂ ਤੁਹਾਡਾ ਨੰਬਰ ਲੈ ਕੇ ਦਿੰਦੇ ਹਾਂ ਭਾਜੀ ਆਪਣਾ ਨੰਬਰ ਬੋਲ ਦਿਓ ਇੱਕ ਵਾਰੀ ਭਾਜੀ ਮੇਰਾ ਨੰਬਰ ਹੈਗਾ 7009794283 ਤੇ ਇਹ ਭਾਜੀ ਦਾ ਨੰਬਰ ਆ ਗਿਆ ਤੁਸੀਂ ਜੇ ਟੈਂਪੂ ਟਰੈਵਲ ਬੁੱਕ ਕਰਾਉਣੀ ਕਿਤੇ ਜਾਣ ਵਾਸਤੇ ਤਾਂ ਭਾਜੀ ਦਾ ਨੇਚਰ ਵੀ ਹੈਗਾ ਟੂ ਗੁੱਡ ਅਤੇ ਤੁਹਾਨੂੰ ਟੋਪ ਦੀ ਡਰਾਈਵ ਕਰਕੇ ਟੋਪ ਕਲਾਸ ਗੱਡੀ 'ਚ ਲੈ ਕੇ ਜਾਣਗੇ ਬਿਲਕੁਲ ਸਫੋਕੇਸ਼ਨ ਨਹੀਂ ਹੈ ਗੱਡੀ 'ਚ ਏਸੀ ਫੁੱਲ ਬਟਾ ਫੁੱਲ ਚੱਲਦਾ ਭਾਜੀ ਹਾਂਜੀ ਭਾਜੀ ਫੁੱਲ ਹੈ ਪੂਰੇ ਫਰਾਟੇ ਚੰਗੀ ਤਰ੍ਹਾਂ ਹੋਰ ਜੀ ਹੋਰ ਤੇ ਪੂਰੀ ਰਹਿੰਦੀ ਚਿਲਡ ਗੱਡੀ ਇੱਕ ਵਾਰੀ ਸੀਟ ਕਰਦੇ ਹਾਂ ਬੈਕ ਸਾਈਡ 'ਤੇ ਤੁਹਾਨੂੰ ਫਰੰਟ ਸੀਟ 'ਤੇ ਵੀ ਲੁੱਕ ਦਿੰਦਾ ਮੈਂ ਪੂਰੀ ਅਤੇ ਜਿਹੜਾ ਕੈਬਿਨ ਤਿਆਰ ਕੀਤਾ ਗਿਆ ਬਹੁਤ ਹੀ ਜ਼ਬਰਦਸਤ ਵਾਲਾ ਸੇਮ ਹੀ ਕਲਰ ਦੀ ਬੈਚਿੰਗ ਦੇ ਨਾਲ ਬਹੁਤ ਵਧੀਆ ਮੈਨੂੰ ਤਾਂ ਆ ਗਿਆ ਮਜ਼ਾ ਇਹਦਾ ਅਤੇ ਯਾਰ ਜੋ ਵੀ ਇੱਕ ਵਾਰੀ ਮੈਂ 360 ਡਿਗਰੀ ਤੁਹਾਨੂੰ ਘੁੰਮ ਕੇ ਓਵਰਵਿਊ ਦਿੰਦਾ ਪੂਰਾ ਥੋੜ੍ਹਾ ਜਿਹਾ ਦੂਰ ਦੇ ਉੱਤੋਂ ਇੱਕ ਵਾਰੀ ਦਰਵਾਜ਼ਾ ਬੰਦ ਕਰਨ ਨੂੰ ਕਹੂੰਗਾ ਮੈਂ ਵੀਰ ਨੂੰ ਅਤੇ ਆਪਾਂ ਘੁੰਮਦੇ ਹਾਂ 360 ਡਿਗਰੀ ਫਰੰਟ ਸਾਈਡ ਦੇਖ ਸਕਦੇ ਹੋ ਤੁਸੀਂ ਲੱਗ ਰਿਹਾ ਜਹਾਜ਼ ਕਿ ਨਹੀਂ ਯਾਰ ਜ਼ਰੂਰ ਕਮੈਂਟ ਕਰੀਓ ਸਾਡੇ ਦੋਸਤ ਸਾਡੇ ਯੂਟਿਊਬ ਫੈਮਿਲੀ ਮੈਂਬਰ ਸੀਰੀਅਸਲੀ ਦੱਸਿਓ ਕਿ ਮਜ਼ਾ ਆਇਆ ਕਿ ਨਹੀਂ ਆਈ ਟੈਂਪੂ ਟਰੈਵਲ ਦਾ ਸ਼ੂਟ ਦੇਖ ਕੇ ਬਹੁਤ ਹੀ ਜ਼ਬਰਦਸਤ ਇਹ ਹੈਗੀ ਹੈ ਸਾਈਡ ਪ੍ਰੋਫਾਈਲ ਸਾਰੀ ਤੁਹਾਨੂੰ ਮੈਂ ਦਿਖਾ ਰਿਹਾ ਪੂਰੀ ਜ਼ਬਰਦਸਤ ਲੁੱਕ ਦੇ ਨਾਲ ਬਹੁਤ ਹੀ ਵਧੀਆ ਅਤੇ ਇਹ ਆਉਂਦੀ ਹੈ ਬੈਕ ਸਾਈਡ ਬਹੁਤ ਜ਼ਬਰਦਸਤ ਯਾਰ ਜਿਹੜਾ ਸ਼ੀਸ਼ਾ ਹੈ ਨਾ ਬੈਕ ਸਾਈਡ ਦਾ ਇਹਨਾਂ ਦਾ ਦਿਲ ਲੁੱਟ ਲਿਆ ਆਪਣਾ ਅਤੇ ਤੁਸੀਂ ਵੀ ਜ਼ਰੂਰ ਦੱਸਿਓ ਯਾਰ ਕਿ ਘੈਂਟ ਲੱਗਾ ਕਿ ਨਹੀਂ ਲੱਗਾ ਬਹੁਤ ਮਜ਼ੇਦਾਰ ਲੁੱਕ ਦੇ ਵਿੱਚ ਟੈਂਪੂ ਟਰੈਵਲ ਨੂੰ ਬਣਾ ਤਾ ਯਾਰ ਲਗਜ਼ਰੀ ਵੋਲਵੋ ਪੂਰੀ ਸ਼ਾਨਦਾਰ ਅਤੇ ਇੱਕ ਵਾਰੀ ਤੁਹਾਨੂੰ ਮੈਂ ਇਧਰੋਂ ਵੀ ਦਿਖਾਉਣਾ ਘੁੰਮ ਕੇ ਬਹੁਤ ਹੀ ਵਧੀਆ ਬਹੁਤ ਹੀ ਜ਼ਬਰਦਸਤ ਲੁੱਕ ਦੇ ਵਿੱਚ ਸਾਈਡ ਪ੍ਰੋਫਾਈਲ ਵੀ ਅਤੇ ਯਾਰ ਹੁਣ ਗੱਲ ਕਰਦੇ ਹਾਂ ਪ੍ਰਾਈਜ਼ਿੰਗ ਦੀ ਭਾਜੀ ਅਤੇ ਵੱਡੇ ਭਾਜੀ ਯਾਰ ਬਹੁਤ ਮਜ਼ਾ ਆਇਆ ਤੁਹਾਡੀ ਟੈਂਪੂ ਟਰੈਵਲ ਦੇਖ ਕੇ ਭਾਜੀ ਨੇ ਸਾਨੂੰ ਕੀਤਾ ਸੀ ਇੰਸਟਾ 'ਤੇ ਮੈਸੇਜ ਜਿੱਥੋਂ ਮੇਰਾ ਨੰਬਰ ਲਿਆ ਅਤੇ ਅਸੀਂ ਆਏ ਹਾਂ ਭਾਈ ਦੀ ਟਰੈਵਲ ਸ਼ੂਟ ਕਰਨ ਭਾਜੀ ਸਹੀ ਗੱਲ ਹਾਂਜੀ ਭਾਜੀ ਇੱਦਾਂ ਹੀ ਯਾਰ ਤੁਸੀਂ ਵੀ ਇੰਸਟਾ ਮੋਡੀਫਾਈਡ ਅੰਡਰਸਕੋਰ ਕਲੱਬ 2020 ਦੇ ਜਲਦੀ ਜਲਦੀ ਜਾ ਕੇ ਇੰਸਟਾਗ੍ਰਾਮ 'ਤੇ ਕਰੋ ਮੈਸੇਜ ਸਾਨੂੰ ਜਿਹਦੇ ਕੋਲ ਵੀ ਗੱਡੀ ਸੋਹਣੀ ਤਿਆਰ ਹੈ ਅਸੀਂ ਜ਼ਰੂਰ ਆਵਾਂਗੇ ਉਹਦੇ ਕੋਲ ਪਹੁੰਚਾਂਗੇ ਅਤੇ ਉਹਦੀ ਗੱਡੀ ਆਪਣੇ ਚੈਨਲ 'ਤੇ ਵੀਡੀਓ ਸ਼ੂਟ ਜ਼ਰੂਰ ਕਰਾਂਗੇ ਅਤੇ ਸਾਡੇ ਕੋਈ ਚਾਰਜਿਸ ਨਹੀਂ ਹੈ ਹਾਂਜੀ ਭਾਜੀ ਕੋਈ ਚਾਰਜਸ ਨਹੀਂ ਬਸ ਫ੍ਰੀ ਹੈ ਜੀ ਤੇ ਯਾਰ ਅਸੀਂ ਜ਼ਰੂਰ ਸਾਨੂੰ ਗੱਡੀਆਂ ਮੋਡੀਫਾਈ ਕਰਨ ਦਾ ਸ਼ੌਂਕ ਹੈ ਅਤੇ ਮੋਡੀਫਾਈ ਗੱਡੀਆਂ ਦਿਖਾਉਣ ਦਾ ਸ਼ੌਂਕ ਹੈ ਅਤੇ ਤੁਹਾਡੇ ਕੋਲ ਕੋਈ ਗੱਡੀ ਮੋਡੀਫਾਈ ਹੈ ਤਾਂ ਜ਼ਰੂਰ ਯਾਰ ਦੱਸੋ ਯਾਰ ਅਸੀਂ ਆਵਾਂਗੇ ਗੱਡੀ ਸ਼ੂਟ ਕਰਨ ਅਤੇ ਯਾਰ ਭਾਜੀ ਟੋਟਲ ਟੈਂਪੂ ਟਰੈਵਲ 'ਤੇ ਕਿੰਨਾ ਖਰਚਾ ਲੱਗਾ ਭਾਜੀ ਖਰਚਾ ਇੱਕ ਮਿੰਟ ਰੁਕੀਓ ਸੋਰੀ ਮੈਂ ਰੁਕਿਆ ਕਿਉਂਕਿ ਇੱਕ ਚੀਜ਼ ਮੈਨੂੰ ਹੋਰ ਦੇਖ ਗਈ ਭਾਜੀ ਮੇਰੀ ਇਹ ਦੇਖ ਰਿਹਾ ਮੈਂ ਜਿਹੜੇ ਸਾਈਡ ਗਲਾਸ ਲੱਗੇ ਨੇ ਸਾਈਡ ਮਿਰਰ ਲੱਗੇ ਨੇ ਬੜੇ ਹੀ ਘੈਂਟ ਵਾਲੇ ਥੈਂਕ ਯੂ ਭਾਜੀ ਇਹ ਵੀ ਨਵੇਂ ਮਾਡਲ ਦੇ ਨੇ ਹਾਂਜੀ ਨਵੇਂ ਮਾਡਲ ਦੇ ਤੇ ਯਾਰ ਹੁਣ ਦੱਸੋ ਖਰਚਾ ਕਿੰਨਾ ਲੱਗਾ ਭਾਜੀ ਕਦੇ ਗਿਣਿਆ ਮਿਣਿਆ ਨਹੀਂ ਸ਼ੌਂਕ ਦਾ ਟੋਟਲ ਘੱਗ ਭਾਜੀ ਕੋਲ ਕਿੰਨਾ ਖਰਚਾ ਲੱਗਾ ਆਪਾਂ ਗੱਡੀ ਤਾਂ ਸਾਰੀ ਘੱਗ ਭਾਜੀ ਕੋਲ ਹੀ ਤਿਆਰ ਹੋਈ ਹੈ ਕਿੰਨੇ ਪੈਸੇ ਲੱਗ ਗਏ ਆਪਣੇ ਭਾਜੀ ਸ਼ੌਂਕ ਦਾ ਕੋਈ ਮੁੱਲ ਹੀ ਹੁੰਦਾ ਨਾ ਆਪਾਂ ਕਦੇ ਗਿਣਿਆ ਮਿਣਿਆ ਨਹੀਂ ਕਿੰਨੇ ਲੱਗ ਗਏ ਇੱਕ ਅੰਦਾਜ਼ਾ ਤੇ ਹੋਊਗਾ ਸਾਡੇ ਦੋਸਤਾਂ ਨੂੰ ਪਤਾ ਤੇ ਲੱਗ ਸਕੇ ਕਿ ਟੈਂਪੂ ਟਰੈਵਲ ਨੂੰ ਜੇ ਆਪਾਂ ਇਹਦਾ ਫੁੱਲੀ ਮੋਡੀਫਾਈਡ ਕਰਨਾ ਤੇ ਕਿੰਨੇ ਕੁ ਪੈਸੇ ਲੱਗ ਸਕਦੇ ਨੇ ਭਾਜੀ ਲੱਖ ਡੇਢ ਲੱਖ 2 ਲੱਖ ਕੁਝ ਤਾਂ ਆਈਡੀਆ ਹੋਊਗਾ ਭਾਜੀ ਇੱਥੇ ਲੱਗ ਗਿਆ 2,20,000 ਰੁਪਈਆ ਲਓ ਜੀ ਭਾਜੀ ਨੂੰ ਮੂਝ ਬੰਨੀ ਯਾਦ ਸੀਗਾ ਭਾਜੀ ਕਹਿੰਦਾ ਸੀ ਮੈਂ ਦੱਸਣਾ ਨਹੀਂ ਹੈ ਮੈਂ ਜ਼ਬਰਦਸਤੀ ਬੁਲਵਾਇਆ ਸਿਰਫ ਆਪਣੀ ਯੂਟਿਊਬ ਫੈਮਿਲੀ ਮੈਂਬਰਸ ਕਰਕੇ ਕਿ ਉਹਨਾਂ ਨੂੰ ਪਤਾ ਲੱਗ ਸਕੇ ਯਾਰ ਭਾਜੀ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਸ਼ੂਟ ਆ ਜੀ ਤੁਹਾਡੇ ਲਈ ਯਾਰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਮੈਂ
कल लियावांगे एक नवी वीडियो तुहाडे नाल, फिर मिलांगे अगली वीडियो दे विच। अज दी इजाजत, थैंक्स फॉर वॉचिंग।